ਆ ਦੇਖੋ ਕਿ ਕਿਵੇਂ ਕਿਵੇਂ ਗੁੰਡਾਗਰਦੀ ਇਹਨਾਂ ਨੇ ਕੀਤੀ ਆ ਪੱਕੇ ਲੱਗ ਕੇ ਮੈਂ ਹੈਰਾਨ ਆ ਐਮਐਲਏ ਨੇ ਆ ਤੇ ਇਹਦਾ ਬੇਟਾ ਪਤਾ ਨਹੀਂ 18 ਸਾਲ ਦਾ ਪਤਾ ਨਹੀਂ 21 ਸਾਲ ਦਾ ਐਡੀ ਛੋਟੀ ਉਮਰ ਚ ਤੋਂ ਬਦਮਾਸ਼ੀ ਸਿਖਾਉਣਾ ਆਪਣੇ ਬੱਚਿਆਂ ਨੂੰ ਉਹ ਸੋਚਦੇ ਆ ਕਿ ਹੁਣ ਸਰਕਾਰ ਸਾਡੀ ਬਣ ਗਈ ਤੇ ਹੁਣ ਪੁਲਿਸ ਸਾਡੇ ਨਾਲ ਹੈ ਆ 7 ਮਹੀਨੇ 8 ਮਹੀਨੇ ਟੱਪ ਜਾਣਗੇ ਮਿੰਟਾਂ ਚ ਕਿੱਧਰ ਜਾਣਗੇ ਭੱਜ ਕੇ ਇਨਸਾਫ ਦਵਾਵਾਂਗੇ ਲੋਕਾਂ ਨੂੰ ਇਨਸਾਫ ਮਿਲੂਗਾ ਹੁਣ ਕਹਿ ਰਹੇ ਆ ਕਿ ਅਕਾਲੀ ਦਲ ਦੇ ਵਰਕਰਾਂ ਦੇ ਕ੍ਰਾਸ ਕੇਸ ਕਰਾਓ ਕਰਾ ਲਓ ਜਿੰਨੇ ਮਰਜ਼ੀ ਬਾਅਦ ਕਿੱਧਰ ਜਾਓਗੇ ਤੁਸੀਂ ਭੱਜਣ ਨਹੀਂ ਦਿੰਦੇ ਆ ਆਪਣੇ ਨੂੰ ਮੈਂ ਤੁਹਾਨੂੰ ਅੱਜ ਗਰੰਟੀ ਦਿੰਦਾ ਜਿੰਨਾ ਗੰਦ ਇਹਨੇ ਪਾਇਆ ਜਿੰਨਾ ਗੰਦ ਪਾਇਆ ਉਹ ਸੋਚਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਵਰਕਰ ਤੇ ਸੂਰਮਿਆਂ ਨੂੰ ਗੋਲੀਆਂ ਚਲਾ ਕੇ ਡਰਾ ਦੂੰਗਾ ਭਜਣਾ ਕਿਹਨੂੰ ਪਿਆ ਉਹਨਾਂ ਨੂੰ ਪਿਆ ਫਾਰਮ ਮੈਂ ਤਾਂ ਕਿਹਾ ਮੈਂ ਕਿਹਾ ਇੱਥੇ ਬੈਠੂਗਾ ਜਿੰਨਾ ਦਾ ਫਾਰਮ ਨਹੀਂ ਭਰਦੇ ਜਾਂਦੇ ਸਾਰੇ ਫਾਰਮ ਭਰਾ ਕੇ ਆਪਾਂ ਆਏ ਆ ਇਸ ਕਰਕੇ ਪਰਵਾਹ ਨਾ ਕਰੋ ਜਿੱਥੇ ਲੋੜ ਪਈ ਤੁਹਾਨੂੰ ਮੇਰੀ ਮੈਂ ਉੱਥੇ ਹਾਜ਼ਰ ਹਾਂ ਮੈਨੂੰ ਰਾਹਤ ਹੀ ਮੈਂ ਦਿੱਲੀ ਸੀ ਪਾਰਲੀਮੈਂਟ 'ਚ ਉੱਥੇ ਬਜਟ ਪੇਸ਼ ਹੋ ਰਿਹਾ ਸੀ ਮੈਨੂੰ ਸੇਖੋ ਸਾਹਿਬ ਦਾ ਫੋਨ ਆਇਆ ਤੇ ਆਪਣੇ ਮੰਡੇ ਦਾ ਫੋਨ ਆਇਆ ਕਿ ਇੱਥੇ ਗੁੰਡਾਗਰਦੀ ਸ਼ੁਰੂ ਹੋ ਗਈ ਕਰਨ ਲੱਗੇ ਆ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਰਾਤ ਨੂੰ ਉੱਥੇ ਚੱਲਿਆ ਸਵੇਰੇ 2:30 ਵਜੇ ਮੈਂ ਬਾਦਲ ਪਹੁੰਚਿਆ ਤੇ 9 ਵਜੇ ਚੱਲ ਕੇ ਇੱਥੇ ਪਹੁੰਚਿਆ